ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਨਵਨੀਤ ਫਤਿਹ ਐਡੂਕਮ ਤੇ ਤੁਹਾਡਾ ਸਵਾਗਤ ਹੈ ਸੋ ਪਟਵਾਰੀ एग्जाम ਲਈ ਜਿਹੜਾ ਨੈਕਸਟ ਟਾਪਿਕ ਹੈ ਉਹ ਸਾਡਾ ਹੈਗਾ ਹੈ ਖਰੀਫ ਕrops ਔਰ ਇਟ ਜਿਹੜਾ ਟਾਪਿਕ ਮੈਂ ਸਿਲੇਬਸ ਚੋਂ ਲੈ ਆਇਆ ਉਹ ਹੈਗਾ ਰਬੀ ਐਂਡ ਖਰੀਫ ਕrops देयर ਸੋਇੰਗ ਪੀਰੀਅਡ ਐਂਡ ਵੈਰਾਈਟੀਆਂ ਠੀਕ ਹੈ ਇਹਦੇ ਵਿੱਚ ਜਿਹੜੇ ਤੁਸੀਂ ਮਤਲਬ ਡਿਟੇਲ ਨਹੀਂ ਯਾਦ ਰੱਖਣੀ ਸਿਰਫ ਫੈਕਟ ਫੈਕਟ ਤੁਸੀਂ ਯਾਦ ਰੱਖਣੇ ਆ ਔਰ ਜਿੰਨੀਆਂ ਵੀ ਖਰੀਫ ਕrops ਹੈ ਉਹ ਮੈਂ ਅਲੱਗ ਨਾਲ ਹਰ ਇੱਕ ਕ੍ਰੌਪ ਨੂੰ ਅਲੱਗ ਨਾਲ ਡਿਸਕਸ ਕਰਾਂਗੀ ਕਿਉਂਕਿ ਹਰ ਇੱਕ ਦੇ ਵਿੱਚ ਆਪਾਂ ਉਹਨਾਂ ਦਾ ਉਹਨਾਂ ਦੀਆਂ ਵੈਰਾਈਟੀਆਂ ਵਗੈ ਠੀਕ ਹੈ ਜਿਹੜੀਆਂ ਮੇਨ ਮੇਨ ਹੈਗੀਆਂ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਹੀ ਪੜਾਂਗੇ ਤਾਂ ਚਲੋ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਜਿਹੜਾ ਆ ਅਸੀਂ ਪੈਡੀ ਦੇ ਬਾਰੇ ਗੱਲ ਕਰਾਂਗੇ ਯਾਨੀ ਕਿ ਝੋਨੇ ਦੇ ਬਾਰੇ ਝੋਨਾ ਜਿਹੜੀਆਂ ਜਿਹੜਾ ਆ ਇਹ ਜੂਨ ਜੁਲਾਈ ਦੇ ਵਿੱਚ ਆਪਾਂ ਉਗਾਨੇ ਆ ਠੀਕ ਹੈ ਜਦੋਂ ਮੌਨਸੂਨਸ ਆਉਣ ਵਾਲੇ ਹੁੰਦੇ ਨੇ ਔਰ ਅਕਤੂਬਰ ਦੇ ਵਿੱਚ ਇਹਦੀ ਵਾਢੀ ਹੁੰਦੀ ਆ ਅਕਤੂਬਰ ਨਵੰਬਰ ਦੇ ਵਿੱਚ ਔਰ ਇਹਦੀ ਐਗਜ਼ੈਂਪਲਸ ਹੈਗੀਆਂ ਨੇ ਰਾਈਸ ਬਾਸਮਤੀ ਰਾਈਸ ਮੇਜ਼ ਯਾਨੀ ਕਿ ਮੱਕੀ ਮੂੰਗ ਮਤਲਬ ਮੂੰਗੀ ਦੀ ਦਾਲ ਮੈਸ਼ ਮਤਲਬ ਉਰਦ ਦੀ ਦਾਲ ਜਿਹੜੀ ਮਾਂ ਦੀ ਦਾਲ ਜਿਹਨੂੰ ਆਪਾਂ ਕਹਿ ਦਿੰਨੇ ਆ ग्राउंडनट मतलब मूंगफली कॉटन शुगर केन सोरगम सोरगम मींस ज्वार ते बाजरा ठीक है सो दीज क्रॉप्स हैव बीन क्लासिफाइड ਇਹਨਾਂ ਨੂੰ ਅਗੋਂ ਆਪਾਂ ਤਿੰਨ ਹਿੱਸਿਆਂ ਦੇ ਵਿੱਚ ਡਿਵਾਈਡ ਕਰ ਲੈਂਦੇ ਜਿੱਦਾਂ ਕੁਝ ਸੀਰੀਅਲ ਕrops ਹੁੰਦੀਆਂ ਨੇ ਕੁਝ ਦੂਸਰਾ ਪਲਸਿਸ ਮਤਲਬ ਦਾਲਾਂ ਤੇ ਤੇਲ ਬੀਜ ਵਗੈਰਾ ਹੋਗੇ ਤੇ ਤੀਸਰਾ कॉटन शुगर केन ਤੇ ਖਰੀਫ ਫੌਡਰਸ ਠੀਕ ਹੈ ਫੌਡਰਸ ਮਤਲਬ ਜਿਵੇਂ ਚਾਰਾ ਵਗੈਰਾ ਜਿਨ੍ਹਾਂ ਨੂੰ ਆਪਾਂ ਯੂਜ਼ ਕਰਦੇ ਆਂ ਸਭ ਤੋਂ ਪਹਿਲਾਂ ਸੀਰੀਅਲਸ ਦੀ ਜੇਕਰ ਗੱਲ ਕਰੀਏ ਤੇ ਰਾਈਸ ਬਾਸਮਤੀ ਰਾਈਸ ਮੇਜ਼ ਮੱਕੀ ਜਾਨੀ ਕਿ ਸੌਰਗਮ ਜਾਨੀ ਕਿ ਜਵਾਰ ਬਾਜਰਾ ਇਹ ਸਾਰੀਆਂ ਮੇਜਰ ਖਰੀਫ ਸੀਰੀਅਲਸ ਨੇ ਐਂਡ ਥੀਸ ਕ੍ਰੌਪਸ ਬੀਇੰਗ ਐਨ ਇੰਟੀਗਰਲ ਪਾਰਟ ਆਫ ਹਿਊਮਨ ਡਾਈਟ ਆਰ ਮੇਜਰ ਡਿਟਰਮੀਨੈਂਟਸ ਆਫ ਆਵਰ ਕੰਟਰੀਜ਼ ਫੂਡ ਸਿਕਿਉਰਿਟੀ ਹੁਣ ਜੇਕਰ ਆਪਾਂ ਗੱਲ ਕਰੀਏ ਦੀ ਪ੍ਰੋਡਕਸ਼ਨ ਦੀ ਤੇ ਵਰਡ ਦੇ ਵਿੱਚ ਸਭ ਤੋਂ ਜ਼ਿਆਦਾ ਚੌਲ ਜਿਹੜੀ ਉਹਦੀ ਪ੍ਰੋਡਕਸ਼ਨ ਜਿਹੜੀ ਹੈ ਚਾਈਨਾ ਕਰਦਾ ਹੈ ਸੈਕਿੰਡ ਨੰਬਰ ਤੇ ਇੰਡੀਆ ਕਰਦਾ 24% ਇੰਡੀਆ ਚਾਈਨਾ 30% ਕਰਦਾ ਹੈ ਵਰਡ ਦਾ ਟੋਟਲ ਐਂਡ 3ਰਡ ਨੰਬਰ ਤੇ ਜਿਹੜਾ ਬੰਗਲਾਦੇਸ਼ ਆ ਇੰਡੀਆ ਦੇ ਵਿੱਚ ਜਿਹੜਾ ਲਾਰਜੈਸਟ ਪ੍ਰੋਡਿਊਸਰ ਆ ਰਾਈਸ ਦਾ ਉਹ ਹੈਗਾ ਵੈਸਟ ਬੰਗਾਲ ਫਾਲੋਡ ਬਾਈ ਪੰਜਾਬ ਐਂਡ ਯੂਪੀ ਇਹਨੂੰ ਹੋਰ ਕਿਹੜੇ ਕਿਹੜੇ ਨਾਮ ਤੋਂ ਬੋਲਿਆ ਜਾਂਦਾ ਚੋਨਾ ਕਈ ਜਗ੍ਹਾ ਜਿੱਦਾਂ ਪੰਜਾਬ 'ਚ ਚੋਨਾ ਬੋਲਿਆ ਜਾਂਦਾ ਹਰਿਆਣੇ 'ਚ ਦਹਾਨ ਬੋਲਿਆ ਜਾਂਦਾ ਅੱਗੇ ਹੋਰ ਚੱਲ ਜੋ ਵੈਸਟਰਨ ਯੂਪੀ ਵੈਲਜੀ ਦੀ ਬੋਲਿਆ ਜਾਂਦਾ ਕਲਾਈਮੇਟ ਕਲਾਈਮੇਟ ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਖਰੀਫ ਦੇ ਵਿੱਚ ਇਦਾਂ ਕਈ ਕਾਫੀ ਸਟੂਡੈਂਟਸ ਨੂੰ ਜਿਹੜਾ ਖਰੀਫ ਤੇ ਰਾਬੀ ਯਾਦ ਕਰਨ ਚ ਦਿੱਕਤ ਆ ਜਾਂਦੀ ਵੀ ਰਾਬੀ ਜਿਹੜੀ ਹੈ ਉਹਦੇ ਵਿੱਚ ਕਿਹੜੀਆਂ ਕ੍ਰੋਪਸ ਹੁੰਦੀਆਂ ਖਰੀਫ ਤੇ ਇਦਾਂ ਹੀ ਯਾਦ ਰੱਖ ਲਓ ਕਿ ਰਾਬੀ ਦੇ ਚਾਰ ਹੀ ਵਰਡਸ ਆ ਰਹੇ ਬੀ ਆਈ ਚਾਰ ਵਰਡਸ ਮਤਲਬ ਛੋਟੇ ਵਰਡਸ ਨੇ ਤੇ ਛੋਟਾ ਮੌਸਮ ਵੀ ਸਰਦੀਆਂ ਦਾ ਹੁੰਦਾ ਤਾਂ ਖਰੀਫ ਦੇ ਵਰਡਸ ਵੀ ਜ਼ਿਆਦਾ ਤੇ ਖਰੀਫ ਗਰਮੀਆਂ ਮੌਸਮ ਵੀ ਥੋੜਾ ਲੰਬਾ ਹੁੰਦਾ ਸੋ ਇਦਾਂ ਯਾਦ ਰੱਖ ਲਿਓ ਠੀਕ ਹੈ ਫਿਰ ਤੁਹਾਨੂੰ ਕਦੀ ਭੁੱਲੇਗਾ ਨਹੀਂ ਇਹ ਤਾਂ ਥੋੜਾ ਫਨੀ ਆ ਬਟ ਕਦੀ ਭੁੱਲੇਗਾ ਨਹੀਂ ਠੀਕ ਹੈ ਸੋ ਖਰੀਫ ਦੇ ਵਿੱਚ ਤੁਸੀਂ ਇੱਥੋਂ ਹਿਸਾਬ ਲਾ ਲਿਆ ਕਰੋ ਕਿ ਜੇ ਗਰਮੀ ਦੇ ਵਿੱਚ ਆਪਾਂ ਝੋਨਾ ਗਾਣੇ ਆ ਬਾਕੀ ਵੀ ਜਿਹੜੀਆਂ ਆ ਆਪਾਂ ਕrops ਕਰਨੀਆਂ ਨੇ ਖਰੀਫ ਦੀਆਂ ਉੱਥੋਂ ਤੁਸੀਂ climate ਦਾ ਹਿਸਾਬ ਲਗਾ ਸਕਦੇ ਜਦੋਂ ਆਪਸ਼ਨ ਤੁਸੀਂ ਦੇਖੋਗੇ ਸੋ ਇਹਦੇ ਵਿੱਚ ਵੀ ਹਾਈ ਟੈਂਪਰੇਚਰ ਹਾਈ ਹਿਊਮਿਡਿਟੀ ਪ੍ਰੋਲੋਂਗਡ ਸਨਸ਼ਾਈਨ ਐਂਡ ਅਸ਼ੂਰਡ ਵਾਟਰ ਸਪਲਾਈ ਠੀਕ ਹੈ ਟੈਂਪਰੇਚਰ ਵੀ ਜ਼ਿਆਦਾ ਹੋਣਾ ਚਾਹੀਦਾ ਹਿਊਮਿਡਸ ਵੀ ਹੋਣੀ ਚਾਹੀਦੀ ਹੈ ਔਰ ਪ੍ਰੋਪਰ ਸਨਲਾਈਟ ਵੀ ਆਉਣੀ ਚਾਹੀਦੀ ਹੈ ਐਂਡ ਉਸ ਤੋਂ ਬਾਅਦ ਇਰੀਗੇਸ਼ਨ ਵੀ ਪ੍ਰੋਪਰ ਹੋਣੀ ਚਾਹੀਦੀ ਹੈ ਸੋ ਸੋਇਲ ਜਿਹੜੀ ਹੋਏਗੀ ਸੋਇਲ ਇਟ ਕੈਨ ਗਰੋ ਵੈਲ ਔਨ ਅ ਵਾਈਡ ਰੇਂਜ ਆਫ ਸੋਇਲਸ ਵਿਦ ਲੋ ਪਰਮੀਏਬਿਲਟੀ ਬਟ ਲੋਮੀ ਸੋਇਲਸ ਆਰ ਦਾ ਬੈਸਟ ਠੀਕ ਹੈ ਮਤਲਬ ਜਿੰਨਾ ਦੇ ਵਿੱਚ ਪਾਣੀ ਦਾ ਨਿਕਾਸ इजीली ਹੋ ਜਾਂਦਾ ਹੈ ਐਂਡ ਇਟ ਕੈਨ ਗਰੋ ਔਨ ਐਸਿਡਿਕ ਐਂਡ ਅਲਕਲਾਈਨ ਸੋਇਲਸ ਦੋਨਾਂ ਹੀ ਤਰ੍ਹਾਂ ਦੀਆਂ ਸੋਇਲਸ ਦੇ ਉੱਤੇ ਅੱਛੀ ਤਰ੍ਹਾਂ ਗਰੋ ਹੋ ਜਾਂਦਾ ਇਸੇ ਲਈ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਝੋਨਾ ਜਿਹੜਾ ਹੈ ਉਗਾ ਸਕਦੇ ਹੋ ਇੰਡੀਆ ਦੇ ਵਿੱਚ ਹਰ ਤਰ੍ਹਾਂ ਦੀ ਸੋਇਲ ਤੁਹਾਨੂੰ ਪਤਾ ਹੈ ਬਸ ਲੇਟਰਾਈਟ ਸੋਇਲ ਜਿਹੜੀਆਂ ਵਗੈਰਾ ਹੁੰਦੀਆਂ ਨੇ ਉਹਨਾਂ ਦੇ ਵਿੱਚ ਇਹ ਮਤਲਬ ਨਹੀਂ ਹੋ ਪਾਉਂਦੇ ਚੰਗੀ ਤਰ੍ਹਾਂ ਹੁਣ ਜਿਵੇਂ ਤੁਹਾਡੇ ਪੇਪਰ ਦੇ ਵਿੱਚ ਵੈਰਾਈਟੀਆਂ ਵਗੈਰਾ ਵੀ ਪੁੱਛਦੇ ਆ ਠੀਕ ਹੈ ਕਿ ਮਤਲਬ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਨੇ ਸਾਰੀਆਂ ਕ੍ਰੋਪਸ ਦੀਆਂ ਤੇ ਇਹਦੇ ਵਿੱਚੋਂ ਇੰਪਰੂਵਡ ਵੈਰਾਈਟੀਆਂ ਜਿਹੜੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਰਿਲੀਜ਼ ਕੀਤੀਆਂ ਹਨ ਜਾਨੀ ਕਿ ਜਿਹੜੀਆਂ ਜਲਦੀ ਮੈਚੂਰ ਹੋ ਜਾਂਦੀਆਂ ਨੇ ਔਰ ਜਿਹੜੀ ਹਾਈ ੀਲਡਿੰਗ ਵੈਰਾਈਟੀਆਂ ਨੇ ਜਾਨੀ ਕਿ ਜ਼ਿਆਦਾ ਪ੍ਰੋਡਕਸ਼ਨ ਦਿੰਦੀਆਂ ਨੇ ਉਹ ਹੈਗੀਆਂ ਨੇ PR127 124 123 122 121 118 ਤੇ 116 ਉਸ ਤੋਂ ਬਾਅਦ ਜੇਕਰ ਆਪਾਂ ਬਾਸਮਤੀ ਦੀ ਗੱਲ ਕਰੀਏ ਤੇ ਬਾਸਮਤੀ ਦੇ ਵਿੱਚ ਪੰਜਾਬ ਬਾਸਮਤੀ ਰਾਈਸ ਜਿਹੜੇ ਇੰਡੀਅਨ ਬਾਸਮਤੀ ਹੈ ਤੁਹਾਨੂੰ ਪਤਾ ਜ਼ਿਆਦਾਤਰ ਨਾਰਥ-ਵੈਸਟਰਨ ਏਰੀਆਜ਼ ਦੇ ਵਿੱਚ ਨੇ ਔਰ ਉਹਨਾਂ ਨੂੰ GI ਟੈਗ ਵੀ ਮਿਲਿਆ ਹੋਇਆ ਆ ਰੀਸੈਂਟਲੀ ਪਾਕਿਸਤਾਨ ਦੀ ਜਿਹੜੀ ਬਾਸਮਤੀ ਉਹਨੂੰ ਵੀ GI ਟੈਗ ਮਿਲ ਚੁੱਕਿਆ ਆ ਸੋ ਇੰਪਰੂਵਡ ਜਿਹੜੀਆਂ ਵੈਰਾਈਟੀਆਂ ਬਾਸਮਤੀ ਰਾਈਸ ਦੀਆਂ ਨੇ ਉਹ ਹੈਗੀਆਂ ਨੇ ਪੰਜਾਬ ਬਾਸਮਤੀ 3 ਪੂਸਾ ਪੰਜਾਬ ਬਾਸਮਤੀ 1509 ਤੇ ਪੂਸਾ ਬਾਸਮਤੀ 1121 ਠੀਕ ਹੈ 1121 ਦੀ ਫ੍ਰੈਗਰੈਂਸ ਵੀ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਠੀਕ ਹੈ ਸੋ ਇਹ ਵੈਰਾਈਟੀਆਂ ਤੁਸੀਂ ਯਾਦ ਰੱਖਣੀਆਂ ਨੇ ਹੁਣ ਆਪਾਂ ਦੇਖ ਲੈਂਦੇ ਹਾਂ ਇਹਦੀ ਸੋਇੰਗ ਕਿਵੇਂ ਕਰਦੇ ਆ ਦੇਖੋ ਝੋਨੇ ਨੂੰ ਉਗਾਉਣ ਵਾਸਤੇ ਜਿਵੇਂ ਇਹਦੇ ਵਿੱਚ ਦੱਸਿਆ ਹੈ ਕਿ 15 ਤੋਂ ਮਈ ਆਪਟੀਮਮ ਟਾਈਮ ਹੁੰਦਾ ਆ ਇਹਦੇ ਵਿੱਚ ਤੁਹਾਨੂੰ ਮਤਲਬ ਜੇਕਰ ਤੁਸੀਂ ਇੱਕ ਕਿੱਲੇ ਦਾ ਤੁਸੀਂ ਅਗਰ ਸਾਬ ਲਾਓ ਤੇ ਉਹਦੇ ਵਾਸਤੇ ਤੁਹਾਨੂੰ ਜਿਹੜਾ ਆ 8 ਕਿਲੋ ਗੁੱਡ ਕੁਆਲਿਟੀ ਸੀਡਸ ਮਤਲਬ ਝੋਨੇ ਦੇ ਜਿਹੜੇ ਬੀ ਹੁੰਦੇ ਆ ਤੁਸੀਂ ਦੇਖਿਆ ਹੋਊ ਜਿਹੜਾ ਚਾਵਲਾਂ ਦੇ ਵਿੱਚ ਕਈ ਵਾਰੀ ਬ੍ਰਾਊਨ ਛਿਲਕੇ ਵਾਲੇ ਆ ਜਾਂਦੇ ਉਹ ਹੀ ਆਪਾਂ ਬੀ ਉਹਨੂੰ ਇਸਤੇਮਾਲ ਕਰਦੇ ਆ ਠੀਕ ਹੈ ਸੋ ਉਹਨਾਂ ਨੂੰ ਆਪਾਂ ਗਨੀ ਬੈਗ ਚ ਪਾ ਕੇ ਆਪਾਂ ਪਹਿਲਾਂ ਉਹਨੂੰ ਪ੍ਰੋਪਰਲੀ ਵੈਟ ਕਰਦੇ ਆਂ ਫਿਰ ਇੱਕ ਦੋ ਦਿਨ ਤੱਕ ਉਹਨੂੰ ਰੱਖਦੇ ਆਂ ਤੇ ਉਹਦੇ ਕੀ ਆ ਭੁੰਗਰ ਨੇ ਸ਼ੁਰੂ ਹੋ ਜਾਂਦੇ ਨੇ ਜਦੋਂ ਭੁੰਗਰ ਨੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਨੂੰ ਲਾਈਨ ਵਾਈਜ਼ ਰੱਖ ਦਈਦਾ ਆ ਤੇ ਉਹਦੀ ਜਿਹੜੀ ਹੈ ਮਤਲਬ ਨਰਸਰੀ ਜੀ ਤਿਆਰ ਕਰ ਲਈਦੀ ਆ ਇਹਦੇ ਵਿੱਚ ਆਪਾਂ 12 ਕਿਲੋ ਨਾਈਟ੍ਰੋਜਨ 10 ਕਿਲੋ ਫਾਸਫਰਸ ਤੇ 13 ਕਿਲੋ ਜਿਹੜਾ ਜ਼ਿੰਕ ਇੱਕ ਪਰ ਏਕੜ ਦੇ ਹਿਸਾਬ ਨਾਲ ਇੱਕ ਕਿੱਲੇ ਦੇ ਹਿਸਾਬ ਦੇ ਨਾਲ ਜਿਹੜਾ ਆ ਉਹਦੇ ਵਿੱਚ ਅਪਲਾਈ ਕਰਦੇ ਆ ਠੀਕ ਹੈ ਔਰ ਇਹਦੇ ਵਿੱਚ ਫਿਰ ਆਪਾਂ ਜਦੋਂ ਮਤਲਬ ਉਹ ਪੁੰਗਰਨੇ ਸ਼ੁਰੂ ਕਰ ਹੋ ਜਾਂਦੇ ਨੇ ਠੀਕ ਹੈ ਤੇ ਉਹਨਾਂ ਨੂੰ ਫਿਰ ਆਪਾਂ ਜਿਹੜਾ ਆ ਉਹਦੀ ਪਨੀਰੀ ਤਿਆਰ ਮਤਲਬ ਹੋ ਜਾਂਦੀ ਹੈ ਸਾਡੇ ਕੋਲ ਤੇ ਫਿਰ ਉਹਨਾਂ ਨੂੰ ਜਿਹੜਾ ਆ ਉਗਾ ਦਈਦਾ ਆ ਸੋ ਜੇ ਮੰਨ ਲਓ ਤੁਸੀਂ 10 ਕਿ 10 ਕਿੱਲੇ ਦੇ ਵਿੱਚ ਲਗਾਣਾ ਹੈ ਚੋਨਾ ਠੀਕ ਹੈ ਤਾਂ ਤੁਹਾਨੂੰ ਘਟੋ ਘਟ ਇੱਕ ਕਿੱਲੇ ਦੇ ਵਿੱਚ ਉਹਦੀ ਪਨੀਰੀ ਜਿਹੜੀ ਆ ਤਿਆਰ ਕਰਨੀ ਪੈਂਦੀ ਆ ਸੋ ਉਸ ਤੋਂ ਬਾਅਦ ਜੇ ਨਦੀਨ ਵਗੈਰਾ ਆ ਠੀਕ ਹੈ ਨਦੀਨ ਮਤਲਬ ਜਿਹੜੇ ਵੀਡਸ ਵਗੈਰਾ ਹੋ ਜਾਂਦੇ ਨੇ ਉਹਦੇ ਵਾਸਤੇ ਤੁਸੀਂ ਬਿਊਟਾਕਲੋਰ ਔਰ 100 ਫਿਟ ਹਰਬੀਸਾਈਡਸ ਆਉਂਦੇ ਨੇ ਉਹ ਯੂਜ਼ ਕਰ ਸਕਦੇ ਆ ਠੀਕ ਹੈ ਦੈਨ ਉਸ ਤੋਂ ਬਾਅਦ ਇੱਕ ਕਿੱਲੇ ਦੇ ਵਿੱਚ 12 ਕਿਲੋ ਨਾਈਟ੍ਰੋਜਨ ਜਿਹੜੀ ਆ ਪੈਂਦੀ ਆ ਜਿਹਨੂੰ ਤੁਸੀਂ ਜਦੋਂ ਤੁਸੀਂ ਉਗਾ ਲੈਣਾ ਉਸ ਤੋਂ 14 ਦਿਨਾਂ ਬਾਅਦ ਜਿਹੜਾ ਹੈ ਉਹਦੀ ਸਪਰੇ ਫੇਰ ਦੁਬਾਰਾ ਕਰਨੀ ਹੈ ਠੀਕ ਹੈ ਐਂਡ ਦ ਸੀਡਲਿੰਗਸ ਆ ਰੈਡੀ ਵੈਨ ਦੇ ਆਰ 20 ਟੂ 25 ਸੈਂਟੀਮੀਟਰ ਟਾਲ অর ਹੈਵ 6 ਟੂ 7 ਲੀव्स ਠੀਕ ਹੈ ਯਾਨੀ ਕਿ ਜਿਹੜੀ ਪਨੀਰੀ ਹੈ ਉਹ ਮਤਲਬ ਜਦੋਂ 20 25 ਸੈਂਟੀਮੀਟਰ ਤੱਕ ਲੰਬੀ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨੂੰ ਤੁਸੀਂ ਬਾਕੀ ਸਾਰੀ ਪੈਲੀ ਦੇ ਵਿੱਚ ਉਹਦੀ ਮਤਲਬ ਲਗਾ ਸਕਦੇ ਹੋ ਠੀਕ ਹੈ ਪ੍ਰੋਪਰ ਡਿਸਟੈਂਸਿੰਗ ਵਗੈਰਾ ਜੋ ਵੀ ਦੇਖ ਕੇ ਉਸ ਤੋਂ ਬਾਅਦ ਹੈ ਕਿ ਜੇ ਜ਼ਿੰਕ ਜਾਂ ਆਇਰਨ ਡੈਫੀਸ਼ੀਐਂਸੀ ਹੋ ਜਾਂਦੀ ਹੈ ਚੋਨੇ ਦੇ ਵਿੱਚ ਤੇ ਉਹਦੇ ਲਈ ਕੀ ਕਰਨਾ ਜ਼ਿੰਕ ਡੈਫੀਸ਼ੀਐਂਸੀ ਦਾ ਪਤਾ ਲੱਗਦਾ ਹੈ ਇਹਦਾਂ ਕਿ ਜਿੱਦਾਂ ਮਤਲਬ ਪਲਾਂਟ ਹੈ ਤੇ ਉਹਦੇ بیس بیس ਜਿਹੜਾ ਹੈ ਉਹ ਰਸਟੀ ਬ੍ਰਾਊਨ ਕਲਰ ਦਾ ਹੋ ਜਾਊਗਾ ਠੀਕ ਹੈ ਸੋ ਉਹਦੇ ਲਈ ਐਂਡ ਉਹਦੀ ਹਾਈਟ ਵੀ ਇੰਨੀ ਜ਼ਿਆਦਾ ਨਹੀਂ ਗਰੋ ਕਰੂਗੀ ਸੋ ਉਹਦੇ ਲਈ ਕੀ ਹੈ ਜ਼ਿੰਕ ਸਲਫੇਟ ਜਿਹੜਾ ਉਹ ਅਪਲਾਈ ਕਰਾਂਗੇ ਆਇਰਨ ਡੈਫੀਸ਼ੈਂਸੀ ਦਾ ਸਾਨੂੰ ਪਤਾ ਲੱਗਦਾ ਹੈ ਕਿ ਪੱਤੇ ਜਿਹੜੇ ਥੋੜੇ ਪੀਲੇ ਜੇ ਪੈਣੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਦੋ ਤਿੰਨ ਹਫ਼ਤਿਆਂ ਦੇ ਵਿੱਚ ਐਂਡ ਉਸ ਤੋਂ ਬਾਅਦ ਕੀ ਹੈ ਕ੍ਰੌਪ ਅੱਗੇ ਗਰੋ ਕਰਨਾ ਬੰਦ ਕਰ ਦਿੰਦੀ ਹੈ ਸੋ ਇਹਨੂੰ ਮਤਲਬ ਓਵਰਕਮ ਕਰਨ ਵਾਸਤੇ ਆਪਾਂ ਫੈਰਸ ਸਲਫੇਟ ਦਾ ਛਿੜਕਾ ਜਿਹੜਾ ਕਰਦੇ ਆ ਮਤਲਬ 100 ਲੀਟਰ ਪਾਣੀ ਦੇ ਵਿੱਚ ਆਪਾਂ 1 ਕਿਲੋ ਫੈਰਸ ਸਲਫੇਟ ਪਾ ਕੇ ਉਹਨੂੰ ਪੂਰੀ ਅ ਜਿਹੜੀ ਹੈ 2-3 ਵਾਰੀ ਹਰ ਹਫਤੇ ਬਾਅਦ ਜਿਹੜਾ ਹੈ ਉਹਨੂੰ ਸਪਰੇਅ ਕਰ ਦਿੱਤੀ ਜਾਂਦੀ ਹੈ ਸੋ ਜ਼ਿੰਕ ਸਲਫੇਟ ਜ਼ਿੰਕ ਸਲਫੇਟ ਜ਼ਿੰਕ ਦੀ ਡੈਫੀਸ਼ੈਂਸੀ ਲਈ ਤੇ ਆਇਰਨ ਸਲਫੇਟ ਜਾਂ ਫੈਰਸ ਸਲਫੇਟ ਆਇਰਨ ਦੀ ਡੈਫੀਸ਼ੈਂਸੀ ਲਈ ਹੁਣ ਇਸ ਤੋਂ ਬਾਅਦ ਹੈ ਕਿ ਇਹਦੇ ਵਿੱਚ ਵੀਡ ਕੰਟਰੋਲ ਵੀਡ ਕੰਟਰੋਲ ਮਤਲਬ ਕਿ ਆਪਾਂ ਨਦੀਨ ਨਾਸ਼ਕ ਜਿਹੜੇ ਹੁੰਦੇ ਕਿਹੜੇ-ਕਿਹੜੇ ਯੂਜ਼ ਕਰ ਸਕਦੇ ਆ ਇਹਦੇ ਵਿੱਚ ਮੇਜਰ ਗਰਾਸ ਵੀਡਸ ਹੁੰਦੇ ਨੇ ਸਵੈਂਕ ਤੇ ਮੋਟ ਠੀਕ ਹੈ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਕੰਟਰੋਲ ਕਰ ਸਕਦੇ ਆ ਇਹਦੇ ਵਾਸਤੇ ਆਪਾਂ ਡਿਫਰੈਂਟ ਡਿਫਰੈਂਟ ਹਰਬੀਸਾਈਡ ਯੂਜ਼ ਕਰ ਸਕਦੇ ਆ ਜਿਵੇਂ ਕਿ ਮੈਸ਼ਟ ਐਰੋਜ਼ਨ ਰਿਫਿਟ ਸਾਥੀ ਤੇ ਟੌਪਸਟਾਰ ਟੌਪਸਟਾਰ ਦੀ ਤੁਸੀਂ ਐਡ ਵੀ ਦੇਖੀ ਹੋਏਗੀ ਠੀਕ ਹੈ ਦਿਨ ਉਸ ਤੋਂ ਬਾਅਦ ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਵੇਂ ਮਤਲਬ ਜੇਕਰ ਫਿਰ ਵੀ ਰਹਿੰਦੇ ਆ ਹਰਬੀਸਾਈਡ ਆਪਾਂ ਯਾ ਲੇਟਰ ਸਟੇजेस ਤੇ ਯੂਜ਼ ਕਰਨੇ ਤੇ ਆਪਾਂ ਨੋਮਿਨੀ ਗੋਲਡ ਯੂਜ਼ ਕਰ ਸਕਦੇ ਆ ਇਸ ਤੋਂ ਇਲਾਵਾ ਕਹਿੰਦੇ ਕਈ ਵਾਰੀ ਚੌੜੇ ਪੱਤਿਆਂ ਵਾਲੇ ਜਿਹੜੇ ਨਦੀਨ ਨੇ ਉਹ ਉਗਾਉਂਦੇ ਨੇ ਤਾਂ ਜ਼ਮੀਨ ਦੇ ਵਿੱਚ ਠੀਕ ਹੈ ਫਸਲ ਦੇ ਵਿੱਚ ਤੇ ਉਹ ਮਤਲਬ ਉਹਨਾਂ ਦੇ ਨਾਮ ਇਹਨਾਂ ਨੇ ਲਿਖੇ ਹੋਏ ਘੜੀਲਾ ਸਾਨੀ ਠੀਕ ਹੈ ਇਹਨਾਂ ਵਾਸਤੇ ਆਪਾਂ ਐਲ ਗ੍ਰਿਪ ਜਾਂ ਸੈਗਮੈਂਟ ਹਰਬੀਸਾਈਡ ਜਿਹੜੇ ਆ ਯੂਜ਼ ਕਰ ਸਕਦੇ ਆ ਨੈਕਸਟ ਹੈਗਾ ਇਰੀਗੇਸ਼ਨ ਇਰੀਗੇਸ਼ਨ ਤੁਹਾਨੂੰ ਪਤਾ ਜਿਹੜਾ ਝੋਨਾ ਹੁੰਦਾ ਉਹਨੂੰ ਬਹੁਤ ਜ਼ਿਆਦਾ ਪਾਣੀ ਚਾਹੀਦਾ ਹੁੰਦਾ ਪਾਣੀ ਜ਼ਿਆਦਾ ਕਿਉਂ ਚਾਹੀਦਾ ਕਿਉਂਕਿ ਜਿਹੜੇ ਵੀਡਸ ਵਿੱਚ ਗਰੋ ਹੋ ਜਾਂਦੇ ਆ ਵੀਡਸ ਜ਼ਿਆਦਾ ਪਾਣੀ ਦੇ ਨਾਲ ਆਪਣੇ ਆਪ ਹੀ ਖਿਲੋ ਜਾਂਦੇ ਆ ਇੱਕ ਨੈਚੁਰਲ ਹਰਬੀਸਾਈਡ ਹੁੰਦਾ ਆ ਵੀਡੀਸਾਈਡ ਹੁੰਦਾ ਆ ਪਾਣੀ ਜਿਹੜਾ ਆ ਠੀਕ ਹੈ ਕਿਉਂਕਿ ਹੁਣ ਜਦੋਂ ਵੀਡਸ ਗਰੋ ਕਰ ਜਾਂਦੇ ਆ ਉਹਨਾਂ ਨੂੰ ਵੀ ਪ੍ਰੋਪਰ ਸਨ ਲਾਈਟ ਚਾਹੀਦੀ ਆ ਉਹਨਾਂ ਨੂੰ ਵੀ ਨਿਊਟਰੀਐਂਟਸ ਚਾਹੀਦੇ ਆ ਤੇ ਨਿਊਟਰੀਐਂਟਸ ਝੋਨੇ ਦੇ ਜਿਹੜੇ ਆ ਡਿਵਾਈਡ ਹੋ ਜਾਂਦੇ ਆ ਵੀਡਸ ਦੇ ਨਾਲ ਠੀਕ ਹੈ ਵੀਡਸ ਵੀ ਉਹਨਾਂ ਨੂੰ ਖਾਂਦੇ ਆ ਸੋ ਇਸ ਕਰ issues ਹੁੰਦੇ ਆ ਜਿਹਦੇ ਕਰਕੇ ਇਹ ਆਕਸੀਜਨ ਦੀ ਡੈਫੀਸ਼ੈਂਸੀ ਦੇ ਵਿੱਚ ਵੀ ਜਿਹੜੀ ਪੈਡੀ ਆ ਉਹਨੂੰ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਜਦੋਂ ਵਾਟਰ ਲੌਕਡ ਕੰਡੀਸ਼ਨ ਹੁੰਦੀ ਹੈ ਤਾਂ ਆਕਸੀਜਨ ਦੀ ਡੈਫੀਸ਼ੈਂਸੀ ਹੁੰਦੀ ਹੈ ਠੀਕ ਹੈ ਸੋ ਇਸ ਕਰਕੇ ਪੈਡੀ ਨੂੰ ਤੇ ਕੋਈ ਨੁਕਸਾਨ ਨਹੀਂ ਹੁੰਦਾ ਬਟ ਜਿਹੜੇ ਵੀਡਸ ਹੈ ਆਲਟੀਮੇਟਲੀ ਆਪਣੇ ਆਪ ਹੀ ਕਿਲ ਹੋ ਜਾਂਦੇ ਆ ਨੈਕਸਟ ਹੈਗਾ ਡਾਇਰੈਕਟ ਸੀਡਡ ਰਾਈਸ ਡਾਇਰੈਕਟ ਸੀਡਡ ਰਾਈਸ ਦੇ ਉੱਤੇ ਮੈਂ ਆਲਰੇਡੀ ਇੱਕ ਵੀਡੀਓ ਵੀਡੀਓ ਬਣਾ ਚੁੱਕੀ ਹਾਂ ਜਿਹੜੀ ਸੈਪਰੇਟਲੀ ਮੈਂ ਬਣਾਈ ਸੀ ਕਿ ਡੀਐਸਆਰ ਕਿਵੇਂ ਕੀਤਾ ਜਾਂਦਾ ਕਿਉਂਕਿ ਅੱਜਕੱਲ ਲੇਬਰ ਵਗੈਰਾ ਦੀ ਸ਼ਾਰਟੇਜ ਸੀਗੀ ਪੈਂਡ ਉਦੇ ਕਰਕੇ ਠੀਕ ਹੈ ਸੋ ਡੀਐਸਆਰ ਦੇ ਵਿੱਚ ਕੀ ਹੁੰਦਾ ਕਿ ਲੇਬਰ ਵੀ ਘੱਟ ਲੱਗਦੀ ਹੈ ਪਲੱਸ ਇਰੀਗੇਸ਼ਨ ਇੰਨੀ ਜ਼ਿਆਦਾ ਨਹੀਂ ਕਰਨੀ ਪੈਂਦੀ ਔਰ ਡਾਇਰੈਕਟਲੀ ਆਪਾਂ ਜਿਹੜੇ ਬੀ ਹੁੰਦੇ ਆ ਉਹਨਾਂ ਦੇ ਉੱਤੇ ਹੀ ਡਾਇਰੈਕਟਲੀ ਆਪਾਂ ਹਰਬੀਸਾਈਡਸ ਅਪਲਾਈ ਕਰ ਦਿੰਨੇ ਆ ਇਸ ਕਰਕੇ ਪਾਣੀ ਦੇ ਵਿੱਚ ਖਿਲਾ ਰੰਦੀ ਐਨੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਆ ਠੀਕ ਹੈ ਦੋ ਤਿੰਨ ਉਹਦੀਆਂ ਸਪ੍ਰੇਆਂ ਲੱਗ ਜਾਂਦੀਆਂ ਆ ਸੋ ਇਹ ਜਿਹੜੀ ਹੈ ਡੀਐਸਆਰ ਟੈਕਨੀਕ ਹਜੇ ਇੰਨੀ ਜ਼ਿਆਦਾ ਮਤਲਬ ਪੰਜਾਬ ਦੇ ਵਿੱਚ ਤੇ ਨਹੀਂ ਸਕਸੈਸਫੁਲ ਹੋ ਪਾਈ ਹੈ ਠੀਕ ਹੈ ਪਲੱਸ ਇਹਨੂੰ ਬਿਗ ਲੈਂਡਲਾਰਡਸ ਹੀ ਜਿਹੜੇ ਆ ਉਹ ਅਫੋਰਡ ਕਰ ਸਕਦੇ ਆ ਦੇਣ ਤੋਂ ਬਾਅਦ ਜਿਹੜੇ ਗ੍ਰੇਨਸ ਨੇ ਇਹਨਾਂ ਨੂੰ ਘੱਟੋ-ਘੱਟ 12% ਮੌਇਸਚਰ ਤੇ ਆਪਾਂ ਨੂੰ ਸਟੋਰ ਕਰਕੇ ਰੱਖਣਾ ਹੁੰਦਾ ਆ ਇਨਸੈਕਟ ਪੈਸਟ ਤੇ ਡਿਜ਼ੀਜ਼ੇਜ਼ ਮੇਜਰ ਇਨਸੈਕਟ ਪੈਸਟ ਹੁੰਦੇ ਨੇ ਇਹਦੇ ਵਿੱਚ ਸਟੈਮ ਬੋਰਰ, ਲੀਫ ਫੋਲਡਰ, ਪਲਾਂਟ ਹਾਪਰਸ ਤੇ ਹਿਸਪਾ ਠੀਕ ਹੈ ਔਰ ਮੇਜਰ ਡਿਜ਼ੀਜ਼ੇਜ਼ ਜਿਹੜੀਆਂ ਹੁੰਦੀਆਂ ਚੂਨੇ ਲਈ ਉਹ ਹੈਗੀਆਂ ਨੇ ਬੈਕਟੀਰੀਅਲ ਲੀਫ ਬਲਾਈਟ, ਬਲਾਸਟ, ਸ਼ੀਥ ਬਲਾਈਟ ਤੇ ਫਾਲਸ ਸਪਟ ਇਹਨਾਂ ਦੇ ਨਾਮ ਤੁਸੀਂ ਯਾਦ ਰੱਖਣੇ ਆ ਇਨਸੈਕਟਸ ਦੇ ਵੀ ਤੇ ਮਤਲਬ ਡਿਜ਼ੀਜ਼ੇਜ਼ ਦੇ ਵੀ ਠੀਕ ਹੈ ਇਨਸੈਕਟਸ ਨੇ ਸਟੈਮ ਬੋਰਰ, ਲੀ ਏ ਅ ਡਿਜ਼ੀਜ਼ਸ ਨੇ ਬੈਕਟੀਰੀਅਲ ਲੀਫ ਬਲਾਈਟ ਬਲਾਸਟ ਸ਼ੀਥ ਬਲਾਈਟ ਤੇ ਫਾਲਸ ਸਪਟ ਸੋ ਏ ਸੀ ਸਭ ਚੋਣੇ ਦੇ ਬਾਰੇ ਠੀਕ ਹੈ ਆਪਾਂ ਖਰੀਫ ਦੀਆਂ ਸਿੰਗਲ ਸਿੰਗਲ ਕ੍ਰੋਪਸ ਹੀ ਡਿਸਕਸ ਕਰਾਂਗੇ ਤਾਂ ਕਿ ਤੁਸੀਂ ਮਤਲਬ 5-10 ਮਿੰਟ ਜਿਹੜੇ ਆਪਣੇ ਡੇਲੀ ਦੇ ਦੇ ਸਕੋ ਸੋ ਦੈਟ ਵਾਸ 올 ਥੈਂਕ ਯੂ ਵੈਰੀ ਮਚ